ਚਰਨਾਂ ਵਿੱਚ ਹਾਰ ਕੀ ਲਗਵਾਈਏ। ਥੋੜੇ ਸਮੇਂ ਤੋਂ ਬਹੁਤਾ ਲਾਹਾ ਲੈਣ ਦੀ ਕੋਸ਼ਿਸ਼ ਕਰੀਏ ਪਿਆਰੇ, ਬਹੁਤ ਨਵੇਂ ਸਮੇਂ ਤੋਂ ਇਕਾਗਰਤਾ ਬਣਾ ਕੇ ਬੈਠੇ ਹੋ, ਧੰਨਾਂ ਦੇ ਯੋਗ ਹੋ, ਇਸ ਤਰ੍ਹਾਂ ਚੌਂਕੜੇ ਮਾਰ ਕੇ ਸਮਾਧੀਆਂ ਲਾ ਕੇ ਬੈਠੇ ਹੋ। ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਇੱਕ ਇੱਕ ਸਵਾਲ ਸੁਣ ਲੇਖੇ ਵਿੱਚ ਰੋਣ, ਆਪਦਾ ਇੱਕ ਇੱਕ ਚੱਲਿਆ ਕਦਮ ਲੇਖੇ ਵਿੱਚ ਲੱਗੇ, ਇਹ ਘੜੀਆਂ ਸੁਰੱਖਣੀਆਂ ਹੋ ਜਾਣ। ਆਓ ਸਭ ਤੋਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰਾ ਕਰੀਏ। ਪਿਆਰਿਓ, ਇਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੌਣ ਨੇ, ਕਿਹਨਾਂ ਦੇ ਸਥਾਨ ਤੇ ਬੈਠੇ ਆ, ਇਹੋ ਜਿਹੇ ਮਹਾਂਪੁਰਸ਼ਾਂ ਦੇ ਸਥਾਨ ਤੇ ਬੈਠੇ ਆ, ਇਹੋ ਜਿਹੇ ਬੰਦਗੀ ਵਾਲੀਆਂ ਰੂਹਾਂ ਦੇ ਸਥਾਨ ਤੇ ਬੈਠੇ ਆ, ਜਿਹਨਾਂ ਨੇ ਇੱਕ ਚੌਂਕੜੇ ਦੇ ਵਿੱਚ, ਮਾਫ ਕਰਨਾ, ਅੱਜ ਦੇ ਸਮੇਂ ਵਿੱਚ ਸਾਡੇ ਤੋਂ ਇੱਕ ਚੌਂਕੜੇ ਵਿੱਚ ਨਿਤਨੇਮ ਨਹੀਂ ਪੂਰਾ ਕਰਿਆ ਜਾਂਦਾ। ਚੰਗੀ ਕਿਸਮ ਤੁਹਾਡੀ ਹੈ, ਉਹ ਤੋਂ ਚੰਗੀ ਸਾਡੀ ਹੈ ਜੋ ਸਾਨੂੰ ਇਹੋ ਜਿਹੇ ਸਥਾਨ ਤੇ ਹਾਜ਼ਰੀ ਭਰਨ ਦਾ ਮੌਕਾ ਪ੍ਰਾਪਤ ਹੋਇਆ। ਬਹੁਤਾ ਸਮਾਂ ਬੰਦਾ ਇੱਧਰ ਉੱਧਰ ਤੱਕ ਗੁਜ਼ਾਰ ਲੈਂਦਾ ਹੈ, ਮਾੜੀਆਂ ਥਾਵਾਂ ਤੇ ਬੰਦਾ ਬਹੁਤਾ ਸਮਾਂ ਬਤੀਤ ਕਰ ਸਕਦਾ ਹੈ, ਪਰ ਇਹੋ ਜਿਹੇ ਚੰਗੇ ਸਥਾਨ ਤੇ ਆ ਕੇ ਬੈਠਣ ਵੇਲੇ ਸਾਡੀਆਂ ਲੱਤਾਂ ਸੌ ਜਾਂਦੀਆਂ, ਸਾਡੀ ਢੂਹੀ ਵਿੱਚ ਦਰਦਾਂ ਹੋਣ ਲੱਗ ਜਾਂਦੀਆਂ, ਸਾਨੂੰ ਘਰਾਂ ਦੇ ਕੰਮ ਯਾਦ ਆਉਣ ਲੱਗ ਜਾਣਗੇ, ਸਾਨੂੰ ਚੇਤੇ ਆਉਣ ਲੱਗ ਜਾਏਗਾ ਵੀ ਬਾੜੇ ਵਿੱਚ ਪਸ਼ੂ ਬੰਨੇ ਹੋਏ ਨੇ, ਕਿਸੇ ਦੇ ਕੱਪੜੇ ਤਾਰ ਉੱਤੇ ਪਏ ਨੇ, ਕਿਸੇ ਦੇ ਭਾਂਡੇ ਬਾਹਰ ਪਏ ਨੇ। ਪਰ ਪਿਆਰਿਓ, ਕਹਿੰਦੇ ਵੱਡੇ ਭਾਗ ਹੁਣ ਤਾਂ ਜਾ ਕੇ ਗੁਰੂ ਦੀ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਕੁਝ ਵੀ ਵਿਚਾਰ ਕਰਨ ਤੋਂ ਪਹਿਲਾਂ ਹਾਜ਼ਰੀਆਂ ਲਗਵਾਈਏ, ਕਰੀਏ ਵਾਹਿਗੁਰੂ ਗੁਰਮੰਤਰ ਦਾ ਜਾਪ। ਉਹ ਵਾਹਿਗੁਰੂ ਜਿਸ ਵਾਹਿਗੁਰੂ ਸ਼ਬਦ ਨੂੰ ਗੌਰ ਨਾਲ ਸੁਣਨਾ, ਉਹ ਵਾਹਿਗੁਰੂ ਸ਼ਬਦ ਜਿਹਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ 36 ਯੁਗਾਂ ਦੀ ਤਪੱਸਿਆ ਦਾ ਫਲ ਦੇ ਕੇ ਫਿਰ ਪ੍ਰਾਪਤ ਕੀਤਾ। ਪੜਿਓ ਭਾਈ ਗੁਰਦਾਸ ਜੀ ਦੀਆਂ 12 ਨੂੰ ਕਦੇ ਉਹਨਾਂ ਨੇ ਦੱਸਿਆ ਕਿ ਇਹਦੇ 4 ਅੱਖਰਾਂ ਤੋਂ ਵਾਹਿਗੁਰੂ ਬਣਿਆ ਹੈ ਤੇ ਇੱਕ ਇੱਕ ਯੁਗ ਦਾ ਬੀਜ ਅੱਖਰ 9-9 ਯੁਗਾਂ ਦੀ ਤਪੱਸਿਆ ਦਾ ਫਲ ਦੇ ਕੇ ਪ੍ਰਾਪਤ ਕੀਤਾ। ਫਿਰ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਸੀ, ਕਹਿੰਦੇ ਸੀ ਐ ਦੁਨੀਆਂ ਦੇ ਲੋਕੋ, ਵਾਹਿਗੁਰੂ ਦਾ ਜਾਪ ਕਰਨ ਦੇ ਨਾਲ ਕਾਗ
ਉਸ ਤੋਂ ਬਾਅਦ ਆਪਦੇ ਨਾਨਕੇ ਘਰ ਰਹੇ, ਆਪਦੇ ਮਾਮਿਆਂ ਦੇ ਕੋਲੋਂ ਸ਼ਸਤਰ ਵਿਦਿਆ ਹਾਸਲ ਕੀਤੀ ਹੈ, ਘੋੜ ਸਵਾਰੀ ਸਿੱਖੀ, ਤੀਰ ਅੰਦਾਜ਼ੀ ਵਿੱਚ ਮਹਾਰਤ ਹੋਇਆ, ਮਹਾਰਾਜਾ ਰਣਜੀਤ ਸਿੰਘ ਦਾ ਬਸੰਤੀ ਦਰਬਾਰ। ਹਜ਼ਰਤਾਂ ਦੇ ਸਮਿਆਂ ਬਹਿ ਜਾਣਾ ਸਾਡੇ ਜਰਮੈਲਾਂ ਨੂੰ, ਸਾਡੇ ਜਥੇਦਾਰਾਂ ਨੂੰ ਫੁਰਸਤ ਨਹੀਂ ਵੀ ਆਪਦੀ ਨੌਜਵਾਨੀ ਨੂੰ ਸਾਂਭਿਆ ਜਾਏ, ਇਹਨਾਂ ਦੇ ਵਿੱਚ ਗੁਣ ਦਲੇਰੀ ਬਹਾਦਰੀ ਪੈਦਾ ਕੀਤੀ ਜਾਏ। ਉਹ ਸਾਡੀ ਦੁਨੀਆ ਇੱਕ ਫੂਨ ਦੇ ਵਿੱਚ ਸਿਮਟ ਕੇ ਰਹੀ, ਫੂਨਾਂ ਦੇ ਵਿੱਚ ਬੈਠੇ ਅਸੀਂ ਲਲਕਾਰਾਂ ਮਾਰੀ ਜਾ ਰਹੇ ਹਾਂ, ਫੂਨਾਂ ਤੇ ਬੈਠੇ ਅਸੀਂ ਬੰਗਾਰਾਂ ਮਾਰੀ ਜਾ ਰਹੇ ਹਾਂ, ਫੂਨਾਂ ਤੇ ਬੈਠੇ ਅਸੀਂ ਵੱਡੀਆਂ ਵੱਡੀਆਂ ਗੱਲਾਂ ਫੈਸਲੇ ਕਰ ਰਹੇ ਹਾਂ, ਪਰ ਜਥੇਦਾਰਾਂ ਵਾਲੀ ਗੱਲ ਜਥੇਦਾਰ ਕਰਿਆ ਕਰਦੇ ਨੇ। ਮਹਾਰਾਜਾ ਰਣਜੀਤ ਸਿੰਘ ਜਿਹੜੇ ਕੀਤਾ ਇਸ ਧਰਤੀ ਦੇ ਉੱਤੇ ਖਾਲਸਾ ਰਾਜ, ਬਸੰਤੀ ਦਰਬਾਰ, ਬਸੰਤੀ ਦਰਬਾਰ ਦੇ ਵਿੱਚ ਕਹਿੰਦੇ ਘੁੰਮਦੇ ਆਪਦੀ ਕਲਾ ਦੇ ਵਿੱਚ ਨਿਪੁੰਨ ਯੋਧੇ ਪਹੁੰਚੇ, ਦੋਨੋਂ ਦਰਜਿਆਂ ਤੋਂ ਯੋਧੇ ਆਪਦੀ ਕਲਾ ਦਿਖਾਉਣ ਵਾਸਤੇ ਆ ਰਹੇ ਨੇ। ਇਹਦੇ ਵਿੱਚ ਆਇਆ ਪਿਆ ਹਰੀ ਸਿੰਘ, 1805 ਈਸਵੀ ਦੀ ਗੱਲ, 1799 ਦਾ ਜਨਮ ਹੈ, 14 ਕੁ ਸਾਲਾਂ ਦਾ ਗੱਭਰੂ। ਅੱਜ 14 ਸਾਲਾਂ ਦੇ ਬੱਚੇ ਨੂੰ ਪਤਾ ਨਹੀਂ ਲੱਗਦਾ ਵੀ ਕਰਨਾ ਕੀ ਹੈ। ਇੱਕ ਪਾਸੇ ਉਹ 14-15 ਸਾਲਾਂ ਦਾ ਉਹ ਚੰਗੀ ਜਵਾਨੀ ਫਤਿਹ ਮਿਸ਼ਾਰ ਹੈ, ਨਕਲੀ ਵਾਲੇ ਕਰ ਕਰਕੇ ਜਵਾਨੀਆਂ
ਵਰਤੀਆਂ ਹੈ। ਇਸੇ ਕਰਕੇ ਅੱਜ ਸਾਡੇ ਪੰਜਾਬ ਦੀ ਜਵਾਨੀ ਬਾਹਰਲਿਆਂ ਦੇਸ਼ਾਂ ਵਿੱਚ ਜਾ ਕੇ ਦਿਹਾੜੀਆਂ ਕਰਨ ਤੇ ਮਜਬੂਰ ਹੋ ਗਈ। ਕਦੇ ਇਹੀ ਪੰਜਾਬ ਦੇ ਯੋਧੇ ਇਸ ਪੰਜਾਬ ਦੇ ਉੱਤੇ ਰਾਜ ਕਰਿਆ ਕਰਦੇ ਸੀ। ਬਾਦਸ਼ਾਹੀ ਸਾਡੇ ਭਾਵਾਂ ਵਿੱਚ ਹੋਏ ਤੇ ਪ੍ਰਮਾਤਮਾ ਨੇ ਲਿਖੀ ਹੋਈ ਹੈ। ਪਰ ਨੈਪੋਲੀਅਨ ਬੋਨਾਪਾਰਟ ਲਿਖਦਾ ਹੈ, ਕਹਿੰਦਾ ਕੀ ਹੈ, ਕਹਿੰਦਾ 100 ਕੁੱਤੇ ਹੋਣ, ਮਾਫ ਕਰਨਾ, ਕਹਿੰਦਾ 100 ਕੁੱਤੇ ਹੋਣ, ਉਹਨਾਂ ਦੇ ਅੱਗੇ ਇੱਕ ਸ਼ੇਰ ਲਾ ਕੇ ਜੰਗ ਲਈ ਭੇਜ ਦੋ। ਸ਼ੇਰ ਅੱਗੇ ਇੱਕ ਹੋਵੇ, ਪਿੱਛੇ 100 ਕੁੱਤੇ ਵੀ ਹੋਣ, ਭੇਡਾਂ ਵੀ ਹੋਣ, ਤਾਂ ਵੀ ਜੰਗ ਫਤਿਹ ਹੋ ਜਾਏਗਾ। ਉਹ ਜੇ ਪਿੱਛੇ 100 ਬੱਬਰ ਸ਼ੇਰ ਖੜਾ ਹੋਵੇ, ਮੋਹਰੇ ਜਥੇਦਾਰ ਇੱਕ ਭੇਡ ਖੜੀ ਕਰਦੇ ਹੋ ਨਾ, ਫਿਰ ਜੰਗ ਨਹੀਂ ਜਿੱਤਿਆ ਜਾ ਸਕਦਾ। ਪਰ ਇਹ ਜਰਨੈਲ ਹੈ ਮਹਾਰਾਜਾ ਰਣਜੀਤ ਸਿੰਘ, ਇਹਦੀ ਬਹਾਦਰੀ ਤੱਕ ਕੇ ਇਹਨੂੰ ਹੱਲਾ ਸ਼ਰੀ ਦੇਣ ਵਾਸਤੇ, ਇਹਦੀ ਹੌਸਲਾ ਬਚਾਈ ਕਰਨ ਵਾਸਤੇ ਆਪਦੇ ਗਲ ਦੇ ਵਿੱਚੋਂ ਸੋਨੇ ਦਾ ਕੈਂਠਾ। ਅੱਜ ਦੇ ਸਮੇਂ ਵਿੱਚ ਲੋਕ ਆਪਦੇ ਰਿਸ਼ਤੇਦਾਰਾਂ ਨੂੰ ਨਹੀਂ ਦਿੰਦੇ, ਪਰ ਉਹਦੀ ਬਹਾਦਰੀ ਨੂੰ ਸੈਲੂਟ, ਉਹਦੀ ਬਹਾਦਰੀ, ਉਹਦੀ ਜੋੜਾ ਨੂੰ ਰਿਸਪੈਕਟ ਦਿੰਦੇ ਹੋਏ ਆਪਦੇ ਗਲੇ ਵਿੱਚੋਂ ਸੋਨੇ ਦਾ ਕੈਂਠਾ ਲਾ ਕੇ ਹਰੀ ਸਿੰਘ ਦੇ ਗਲ ਚ ਬਾਤਾ ਗੱਜ ਕੇ ਆਖੋ ਸਤਰਾ ਸ਼੍ਰੀ ਵਾਹਿਗੁਰੂ। ਉਸ ਤੋਂ ਬਾਅਦ ਆਪਣੀ ਸਪੈਸ਼ਲ ਪ੍ਰਾਈਵੇਟ ਫੋਰਸ ਵਿੱਚ ਅੰਗ ਰੱਖਿਆ ਕਿ ਜਿਹੜੇ ਆਪਣੇ ਹੁੰਦੇ ਨੇ ਪਰਸਨਲ, ਜਿਹਨਾਂ ਨੂੰ ਕਿਹਾ ਜਾਂਦਾ ਬੋਡੀ ਗਾਰਡ, ਉਹਨਾਂ ਵਿੱਚ ਹਰੀ ਸਿੰਘ ਨੂੰ ਭਰਤੀ ਕਰ ਲਿਆ। ਭਰਤੀ ਕਰਨ ਤੋਂ ਬਾਅਦ ਫਿਰ ਕਹਿੰਦੇ ਇੱਕ ਦਿਨ ਸ਼ਿਕਾਰ ਤੇ ਚਲੇ ਗਏ, ਸ਼ਿਕਾਰ ਤੇ ਗਏ ਨੇ, ਰਸਤੇ ਵਿੱਚ ਬੜਾ ਹੀ ਘਣਾ ਜੰਗਲ ਹੈ, ਉਸ ਜੰਗਲ ਵਿੱਚੋਂ ਖੱਤ ਦੀ ਆਵਾਜ਼ ਆਈ ਹੈ। ਇਹ ਆਵਾਜ਼ ਕਹਿੰਦੀ ਹੈ, ਇਹ ਆਵਾਜ਼ ਇੱਕ ਸ਼ੇਰ ਦੀ ਹੈ। ਕਹਿੰਦੇ ਜਦੋਂ ਉਸ ਸ਼ੇਰ ਦੀ ਆਵਾਜ਼ ਸੁਣੀ ਨਾ, ਤੇ ਜਿਹੜਾ ਜਾਨਵਰ ਹੋਇਆ ਕਰਦਾ ਹੈ ਘੋੜਾ ਹੁੰਦਾ ਬਹਾਦਰ ਹੈ, ਪਰ ਇਹ ਵੀ ਪਿੱਛੇ ਨੂੰ ਪੈੜਾਂ ਨੱਪਣ ਲੱਗ ਗਿਆ। ਮਹਾਰਾਜਾ ਰਣਜੀਤ ਸਿੰਘ ਆਪਦੇ ਘੋੜੇ ਤੇ ਬੈਠਾ ਹੈ, ਉਹ ਜਦੋਂ ਸ਼ੇਰ ਨੇ ਮੋਹਰੇ ਹੋ ਕੇ ਦਹਾੜ ਪਾਈ, ਸਰਦਾਰ ਹਰੀ ਸਿੰਘ ਨਲਵਾ ਬਿਜਲੀ ਤੋਂ ਵੱਧ ਫੜ ਦਿੰਦਾ, ਇਹਨੇ ਮਾਰੀ ਘੋੜੇ ਦਾ ਸ਼ਾਲ ਰੱਖਿਆ ਸ਼ੇਰ ਦੀ ਧੌੜ ਦੇ ਗੱਡਾ, ਉਹ ਸ਼ੇਰ ਨੂੰ ਥਾਈ ਢਾੜਿਆ। ਕਹਿੰਦੇ ਸ਼ੇਰ ਦਾ ਸ਼ਿਕਾਰ ਹਮੇਸ਼ਾ ਨੇਜੇ ਨਾਲ ਬੰਦੂਕ ਨਾਲ ਕੀਤਾ ਜਾਂਦਾ ਹੈ, ਯਾਦ ਰੱਖਿਓ। ਕਹਿੰਦੇ ਸਹਿਜੇ ਕਿਤੇ ਕੋਈ ਛੋਟੀ ਮੋਟੀ ਗੱਲ ਨਹੀਂ ਸ਼ੇਰ ਦਾ ਸ਼ਿਕਾਰ ਕਰਨਾ, ਤੁਸੀਂ ਸੁਣ ਲੈਣੀ ਅਸੀਂ ਸੁਣਾ ਦੇਣੀ। ਅੱਜ ਕੱਲ੍ਹ ਤਾਂ ਗਲੀਆਂ ਦੇ ਕੁੱਤੇ ਨਹੀਂ ਸਾਂਭੇ ਜਾਂਦੇ, ਮਾਫ ਕਰਿਓ, ਬੰਦੇ ਨੂੰ ਕੁੱਤਾ ਪੈ ਗਿਆ ਉਹਦੀ ਚੱਪਲ ਗਲੀ ਚ ਰਹਿ ਜਾਂਦੀ ਹੈ। ਅਸੀਂ ਕਹਿ ਕੇ ਘੱਲੀ ਦਾ ਵੀ ਪੁੱਤ ਧਿਆਨ ਨਾ ਚਾਹੀ ਰਸਤੇ ਚ ਕਿਤੇ ਕੁੱਤਾ ਨਾ ਹੋਵੇ, ਸੱਚ ਹੈ ਨਾ? ਕੁੱਤਿਆਂ ਤੋਂ ਡਰਨ ਵਾਲੇ ਸ਼ੇਰਾਂ ਦਾ ਮੁਕਾਬਲਾ ਕਿੱਦਾਂ ਕਰ ਲੈਣਗੇ? ਓ ਇੱਧਰ ਗੌਰ ਨਾਲ ਸੁਣੋ, ਇੱਕ ਸ਼ੇਰ ਦੇ ਧੌੜ ਦੇ ਉੱਤੇ ਗੋਡਾ ਰੱਖਿਆ ਸਰਦਾਰ ਹਰੀ ਸਿੰਘ ਨੇ, ਓ ਜਦੋਂ ਰੱਖਿਆ ਗੋਡਾ ਆਪਣੇ ਗਾਂਤਰੇ ਵਾਲੀ ਕਿਰਪਾਨ ਕੱਢ ਕੇ ਓ ਸ਼ੇਰ ਦੀ ਧੌੜ ਅਲੱਗ ਕਰਕੇ ਇਹਨੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਜਾਨ ਬਚਾਈ ਹੈ। ਕਿੱਸੇ ਵਿੱਚ ਇੱਕ ਰਾਜਾ ਨਲ ਹੋਇਆ, ਉਹਦੀ
ਬੜੀ ਸੂਰ ਬੀਰਤਾ ਦੇ ਨਾਲ ਸੁਣਾਇਆ ਕਰਦੇ ਨੇ। ਕਹਿੰਦੇ ਕਿੱਸਾ ਇਹ ਉਹਨੂੰ ਵੀਰ ਰਸ ਦੇ ਕੇ ਰਾਜੇ ਨਲ ਦਾ ਕਿੱਸਾ ਸੁਣਾਇਆ ਜਾਂਦਾ। ਜੈਸਾ ਜੀ ਦੱਸਿਆ ਜਾਂਦਾ ਹੈ ਕਿ ਰਾਜਾ ਨਲ ਹੋਇਆ ਔਰ ਜਿਹੜੇ ਸ਼ੇਰਾਂ ਦਾ ਸ਼ਿਕਾਰ ਕਰਿਆ ਕਰਦਾ ਸੀ, ਸਰਦਾਰ ਹਰੀ ਸਿੰਘ ਨਲਵਾਈ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਉਹ ਰਾਜਾ ਨਲ ਆ ਗਿਆ। ਉਹਨੇ ਘੁੱਟ ਕੇ ਛਾਤੀ ਨਾਲ ਲਾਇਆ ਔਰ ਕਹਿੰਦਾ ਵਾਹਿ ਹਰੀ ਸਿੰਘ, ਵਾਹਿਗੁਰੂ ਤੂੰ ਹਰੀ ਸਿੰਘ ਨਹੀਂ, ਤੂੰ ਅੱਜ ਤੋਂ ਹਰੀ ਸਿੰਘ